ਮੈਂ ਜਦੋਂ ਮਸਕਰਾ ਸ਼ਬਦ ਵਰਤਿਆ ਤੇ ਉਹਨਾਂ ਨੇ ਕੁਝ ਡਿਫਰੈਂਟ ਲੈ ਲਿਆ ਹਨਾ ਉਹਨੂੰ ਹਾਂ ਉਹ ਮਸਕਰਾ ਉਹਨਾਂ ਨੇ ਲੈ ਲਿਆ ਜਿੱਦਾਂ ਤੁਹਾਡੇ ਉਹ ਮਸਕਰਾ ਨਹੀਂ ਲਾਉਂਦੇ ਓਕੇ ਹਾਂਜੀ 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 ਉਹ ਉਹ ਸਰਪ੍ਰਾਈਜ਼ਿੰਗਲੀ ਉਹ ਉਸੇ ਚੀਜ਼ ਤੇ ਅੜੇ ਹੀ ਵੀ ਨਹੀਂ 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 ਪਰ ਉਹ ਤੇ ਹੁੰਦਾ ਮਸਕਰਾ ਸੋਚ ਹਾਂ ਜਿਹੜਾ ਬੰਦਾ ਮਸਕਰੀ ਕਰਦਾ ਵਾ ਜੀ ਉਹ ਮਸਕਰਾ ਹਾਂਜੀ ਰੰਜੋਜ ਜਿਹੜਾ ਮਸਕਰ ਤੋਂ ਅਗਲਾ ਸ਼ਬਦ ਸੀਗਾ ਉਹ ਸੀਗਾ ਢਿੰਗਰ ਢਿੰਗਰ ਕਹਿੰਦੇ ਆ ਉਹ ਵਾਲੇ ਜਿਹੜੀ ਟਾਣੀ ਜਿਹਦੇ ਉੱਤੇ ਪੱਤੇ ਨਾ ਹੋਣ ਆਪਣਾ ਨਿੰਗਰ ਪਰਾਲਾ ਢਿੰਗਰ ਹਾਂਜੀ ਹਾਂ ਤੇ ਰੰਜੋਜ ਜਿਹੜਾ ਬਹੁਤ ਜ਼ਿਆਦਾ ਪਤਲਾ ਬੰਦਾ ਹੁੰਦਾ ਉਹਨੂੰ ਉਹਨੂੰ ਵੀ ਕਹਿ ਦਿੰਦੇ ਆ ਨਾ ਕਿ ਇਹ ਢਿੰਗਰ ਜਿਆ ਵੀ ਜਿੱਦ ਤੇ ਮਾਸ ਹੀ ਨਹੀਂ ਹੈਗਾ ਹਨਾ ਉਹਨੂੰ ਵੀ ਆਪਾਂ ਕਹਿ ਦਿੰਦੇ ਆ ਢਿੰਗਰ ਲੰਬਾ ਤੇ ਜਿਹੜਾ ਪਤਲਾ ਹੋਵੇ ਉਹਨੂੰ ਢਿੰਗਰ ਕਹਿੰਦੇ ਆ ਕੁਤੀੜ ਜਿੱਦਾਂ ਸਾਨੂੰ ਕਿਸੇ ਪਹਿਲਾਂ ਸਾਨੂੰ ਮੈਸੇਜ ਆਇਆ ਹੀ ਆ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਕੁੱਤੇ ਹਾਂਜੀ ਕੁੱਤਿਆਂ ਦਾ ਜਿਹੜਾ ਆ ਝੋਂਡੂ ਉਹਨ ਦਾ ਉਹਨੂੰ ਕਹਿੰਦੇ ਆ ਮੰਗੂ ਆਪਾਂ ਪਿਛਲੀ ਵਾਰੀ ਵੀ ਦੱਸਿਆ ਸੀ ਹਾਂਜੀ ਉਹਨੂੰ ਆਪਾਂ ਪਿਛਲੀ ਵਾਰੀ ਵੀ ਦੱਸਿਆ ਸੀ ਨਾ ਤੇ ਉਸ ਤੋਂ ਅਗਲਾ ਜਿਹੜਾ ਵਗ ਵਗ ਕਹਿੰਦੇ ਹਾਂਜੀ ਵਗ ਵੀ ਕਹਿੰਦੇ ਹਾਂਜੀ ਜਿਹੜਾ ਉਸ ਤੋਂ ਅਗਲਾ ਸ਼ਬਦ ਹੈ ਉਹ ਹੈਗਾ ਆ ਸ਼ੋਂਗਦਾ ਸ਼ੋਂਗਦਾ ਹੁੰਦਾ ਟੁੰਗਣਾ ਮਤਲਬ ਜਿੱਦਾਂ ਰੰਜੋਜੀ ਆਪਣੀ ਕਹਿੰਦੇ ਨੇ ਉਹਨੇ ਵੀ ਜਿਹਦਾ ਬੂਟੇ ਦੇ ਉੱਤੋਂ ਸਾਰੇ ਸਾਰੇ ਪੱਤਿਆਂ ਨੂੰ ਜਿਹੜਾ ਝਾੜ ਦਈਏ ਜਾਂ ਲਾਹ ਦਈਏ ਜੇ ਕਹਿੰਦੇ ਨੇ ਬੱਕਰੀਆਂ ਨੇ ਸਾਰਾ ਜਿਹੜਾ ਬੂਟਾ ਹੈ ਉਹ ਸ਼ੋਂਗ ਦਿੱਤਾ ਓਕੇ ਓਕੇ ਜਿਹਦਾ ਉਹਨੂੰ ਖਾ ਲੈਣਾ ਮਰੋਛ ਲੈਣਾ ਵੀ ਹਾਂਜੀ ਰੋਡਾ ਕਰ ਦਿੱਤਾ ਹਾਂਜੀ ਹਾਂ ਹਾਂ ਤੇ ਜਿਹੜਾ ਉਸ ਤੋਂ ਅਗਲਾ ਸ਼ਬਦ ਹੈ ਉਹ ਹੈਗਾ ਗਦੂਤ ਗਦੂਤ ਹੁੰਦਾ ਆ ਤਕੜਾ ਹੋਵੇ ਬੰਦਾ ਪਰ ਉਹ ਦਿਮਾਗ ਦਾ ਘੱਟ ਹੋਵੇ ਉਹਦਾ ਸ਼ਰੀਰ ਡੀਲਡੋਲ ਉਦੀ ਹੋਵੇ ਪਰ ਦਿਮਾਗ ਘੱਟ ਹੋਵੇ ਉਹਨੂੰ ਕਹ ਦਿੰਦੇ ਆ ਗਧੂਤ ਕਹ ਦਿੰਦੇ ਵੋ ਗਧੂਤ ਜਿਆ ਹਨਾ ਹਾਂ ਤੇ ਉਸ ਤੋਂ ਅਗਲਾ ਸ਼ਬਦ ਹੈ ਜਿਹੜਾ ਉਹ ਹੈਗਾ ਪਗਾ ਪਗਾ ਹੁੰਦਾ ਰਣਜੋਤ ਜੀ ਸਵੇਰ ਦਾ ਸਮਾਂ ਓਕੇ ਜੀ ਉਹਨੂੰ ਪਗਾ ਕਹਿੰਦੇ ਆ ਤੇ ਹੁੜਕ ਜਿੱਦਾਂ ਸਾਨੂੰ ਪਹਿਲਾਂ ਆਂਸਰ ਆਇਆ ਵੀ ਸੀਗਾ ਕਿ ਕਿਸੇ ਚੀਜ਼ ਨੂੰ ਖਾਣ ਦੇ ਲਈ ਆਪਾਂ ਉਹ ਤਾਪ ਲੈਣਾ ਹਾਂ ਜੀ ਬਿਲਕੁਲ ਜੀ ਤਲਬ ਲੱਗਣਾ ਕਿਸੇ ਵੀ ਚੀਜ਼ ਨੂੰ ਖਾਣ ਦੇ ਲਈ ਸਾਨੂੰ ਤਲਬ ਲੱਗਣੀ ਕਿ ਹਾਂ ਫਟਾਫਟ ਅਸੀਂ ਜਿਹੜੀ ਆ ਖਾ ਲਈਏ ਜੀ ਜੀ ओके सो ਹੁੜਕਾ ਜੀ ਉਹਦਾ ਉਹਦਾ ਅਰਥ ਹੈ ਜਿਹਦਾ ਸ਼ਬਦ ਦਾ ਅਰਥ ਹੈ ਉਹ ਹੈਗਾ ਹੁੜਕਾ ਜੀ ਠੀਕ ਹੈ ਜੀ ਧੰਨਵਾਦ ਜੀ ਇਸਨ ਅੱਜ ਦੇ ਸ਼ਬਦ ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ ਧੰਨਵਾਦ ਤੁਹਾਡਾ ਜੀ